ਅਮਰਤਪਾਲ ਸਿੰਘ ਨੂੰ ਖਡੂਰ ਸਾਹਿਬ ਦੇ ਲੋਕਾਂ ਨੇ ਇੱਕ ਵੱਡਾ ਮੰਡੇਟ ਦਿੱਤਾ ਬਹੁਤ ਵੱਡੇ ਬਹੁਮਤ ਦੇ ਨਾਲ ਜੋ ਹੈ ਉਹ ਜਿੱਤ ਹਾਸਲ ਕੀਤੀ ਸੀ ਪਰ ਇਸ ਵੇਲੇ ਮੈਂ ਜਿਹੜੀ ਜਗ੍ਹਾ ਤੇ ਮੌਜੂਦ ਆ ਉਸ ਜਗ੍ਹਾ ਦੀ ਬਹੁਤ ਅਹਿਮੀਅਤ ਹੈ ਕਿਉਂਕਿ ਅਮਰਤਪਾਲ ਸਿੰਘ ਦੀ ਜਿਹੜੀ ਸ਼ੁਰੂਆਤ ਹੈ ਚਾਹੇ ਉਹ ਖਾਲਸਾ ਵਹੀਰ ਦੀ ਗੱਲ ਕਰੀਏ ਜਾਂ ਫਿਰ ਅਜਨਾਲਾ ਥਾਣੇ ਵਾਲੇ ਪਾਸੇ ਜਦੋਂ ਕੂਚ ਕੀਤਾ ਗਿਆ ਸੀ ਤਾਂ ਇਸੇ ਹੀ ਥਾਂ ਤੋਂ ਸ਼ੁਰੂ ਕੀਤਾ ਗਿਆ ਸੀ ਔਰ ਇਹੀ ਉਹ ਜਗ੍ਹਾ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਹੋਏ ਸੀ ਅਮਰਤਪਾਲ ਸਿੰਘ ਔਰ ਕਿਰਨਦੀਪ ਕੌਰ ਦੇ ਤਾਂ ਮੈਂ ਉਹ ਜਗ੍ਹਾ ਵੀ ਦਿਖਾਉਣਾ ਹਾਲਾਂਕਿ ਜਦੋਂ ਅਮਰਤਪਾਲ ਸਿੰਘ ਪੂਰੇ ਆਪਣੀ ਜਿਹੜੀ ਮੁਹਿੰਮ ਹੈ ਉਹਨਾਂ ਦੀ ਉਸ ਦੇ ਵਿੱਚ ਜਦੋਂ ਐਕਟਿਵ ਸੀ ਤਾਂ ਇੱਥੇ ਬਹੁਤ ਜ਼ਿਆਦਾ ਰੌਣਕ ਨਜ਼ਰ ਆਉਂਦੀ ਸੀ ਬਹੁਤ ਸਾਰੇ ਨੌਜਵਾਨ ਇੱਥੇ ਮੌਜੂਦ ਨਜ਼ਰ ਆਉਂਦੇ ਸੀ ਕਿਉਂਕਿ ਇਹ ਕਿਹਾ ਜਾਂਦਾ ਸੀ ਕਿ ਇੱਥੇ ਹੀ ਜਿਹੜੇ ਨੌਜਵਾਨ ਨੇ ਵਕ ਵਕ ਜ਼ਿਲ੍ਹਿਆਂ ਦੇ ਨਾਲ ਸਬੰਧਤ ਉਹਨਾਂ ਨੂੰ ਨਸ਼ਾ ਛਡਾਉਣ ਦੀ ਜਿਹੜੀ ਮੁਹਿੰਮ ਹੈ ਉਹ ਇੱਥੇ ਚਲਾਈ ਜਾ ਰਹੀ ਸੀ ਪਰ ਇਸ ਵੇਲੇ ਤੁਸੀਂ ਦੇਖੋ ਕਿ ਭਾਵੇਂ ਅਮਰਤਪਾਲ ਸਿੰਘ ਐਮਪੀ ਬਣ ਚੁੱਕੇ ਨੇ ਚੋਣ ਜਿੱਤ ਚੁੱਕੇ ਨੇ ਔਰ ਅੱਜ ਉਹਨਾਂ ਵੱਲੋਂ ਰਸਮੀ ਤੌਰ ਤੇ ਲੋਕ ਸਭਾ ਦੇ ਮੈਂਬਰ ਵਜੋਂ ਸੌਹ ਚੁੱਕੀ ਜਾਣੀ ਹੈ ਪਰ ਇਸ ਜਗ੍ਹਾ ਤੇ ਫਿਲਹਾਲ ਸਨਨਾਟਾ ਫਸਰਿਆ ਹੋਇਆ ਹੈ ਕਿਉਂਕਿ ਅਮਰਤਪਾਲ ਸਿੰਘ ਦਾ ਪਰਿਵਾਰ ਜੋ ਹੈ ਉਹ ਇਸ ਵੇਲੇ ਦਿੱਲੀ ਦੇ ਵਿੱਚ ਹੈ ਉਹਨਾਂ ਦੇ ਪਿਤਾ ਨੇ ਕੁਝ ਦਿਨ ਪਹਿਲਾਂ న్యూਸ 18 ਦੇ ਨਾਲ ਗੱਲਬਾਤ ਕੀਤੀ ਤਾਂ ਇਹੀ ਉਹ ਜਗ੍ਹਾ ਜਿੱਥੇ ਅਕਸਰ ਅਮਰਤਪਾਲ ਸਿੰਘ ਦੇ ਨਾਲ ਅਸੀਂ ਗੱਲਬਾਤ ਕਰਦੇ ਸੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਲੰਗਰ ਹਾਲ ਹੈ ਇਸ ਦੀ ਛੱਤ ਦੀ ਜਿਹੜੀ ਤਸਵੀਰ ਮੈਂ ਉਹ ਦਿਖਾਉਣੀ ਚਾਹੂੰਗਾ ਕਿਉਂਕਿ ਇਸ ਜਗ੍ਹਾ ਤੇ ਹੀ ਉੱਪਰ ਬੈਠ ਕੇ ਅਮਰਤਪਾਲ ਸਿੰਘ ਦੀਆਂ ਅਕਸਰ ਜਦੋਂ ਵੀ ਅਸੀਂ ਤਸਵੀਰਾਂ ਦੇਖਦੇ ਹਾਂ ਹੁਣ ਵੀ ਜੇਕਰ Google ਤੇ ਕੋਈ ਤਸਵੀਰ ਸਰਚ ਕਰੇ ਤਾਂ ਇਸੇ ਥਾਂ ਦੀਆਂ ਤਸਵੀਰਾਂ ਸਭ ਤੋਂ ਪਹਿਲਾਂ ਜੋ ਹੈ ਉਹ ਨਜ਼ਰ ਆਉਣਗੀਆਂ ਔਰ ਇਸੇ ਥਾਂ ਤੇ న్యూਸ 18 ਦੇ ਨਾਲ ਕਈ ਵਾਰ ਅਮਰਤਪਾਲ ਸਿੰਘ ਨੇ ਉਸ ਵੇਲੇ ਗੱਲਬਾਤ ਕੀਤੀ ਸੀ ਉਹ ਇਸੇ ਥਾਂ ਤੋਂ ਹੀ ਸਰਕਾਰ ਨੂੰ ਜਿਹੜਾ ਚੈਲੰਜ ਹੈ ਉਹ ਅਮਰਪਾਲ ਸਿੰਘ ਦੇ ਵੱਲੋਂ ਕੀਤਾ ਗਿਆ ਸੀ ਪਰ ਅੱਜ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਹਿਲ ਪਹਿਲ ਨਜ਼ਰ ਨਹੀਂ ਆ ਰਹੀ ਕਿਸੇ ਤਰ੍ਹਾਂ ਦਾ ਕੋਈ ਬਹੁਤ ਵੱਡੇ ਪੱਧਰ ਤੇ ਇਸ ਚੀਜ਼ ਨੂੰ ਸੈਲੀਬ੍ਰੇਟ ਨਹੀਂ ਕੀਤਾ ਜਾ ਰਿਹਾ ਕਿਉਂਕਿ ਪਰਿਵਾਰ ਦੇ ਲਈ ਜਿਸ ਤਰ੍ਹਾਂ ਅਮਰਪਾਲ ਦੇ ਪਿਤਾ ਵੀ ਦੱਸ ਰਹੇ ਸੀ ਕਿ ਸਾਡੇ ਲਈ ਨਾ ਤਾਂ ਕੋਈ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਹੈ ਔਰ ਨਾ ਹੀ ਕੋਈ ਗਮੀ ਵਾਲੀ ਗੱਲ ਹੈ ਤਾਂ ਉਹਨਾਂ ਦਾ ਕਹਿਣਾ ਚ ਕਿ ਅਸੀਂ ਗੁਰੂ ਦੇ ਬਾਣੇ ਨੂੰ ਮੰਨਣ ਵਾਲੇ ਸੇਖਾਂ ਆਮ ਜਿਹੜਾ ਗੁਰਸਿੱਖ ਪਰਿਵਾਰ ਹੈ ਤਾਂ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮਾਹੌਲ ਨਹੀਂ ਹੈ ਦੂਸਰੇ ਪਾਸੇ ਜੇਕਰ ਪੂਰੇ ਕਡੂਰ ਸਾਹਿਬ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਦੇ ਵਿੱਚ ਵੀ ਕੋਈ ਬਹੁਤ ਜ਼ਿਆਦਾ ਜਸ਼ਨ ਦਾ ਕੋਈ ਪ੍ਰੋਗਰਾਮ ਜੋ ਹੈ ਉਹ ਨਹੀਂ ਰੱਖਿਆ ਗਿਆ ਹਾਲਾਂਕਿ ਅੱਜ ਅਮਰਤਪਾਲ ਸਿੰਘ ਨੇ ਜੋ ਹੈ ਇੱਕ ਲੋਕ ਸਭਾ ਮੈਂਬਰ ਦੇ ਤੌਰ ਤੇ ਸੌਂ ਚੁੱਕਣੀ ਹੈ ਤਾਂ ਇਹੀ ਉਹ ਜਗ੍ਹਾ ਹੈ ਜਿੱਥੇ ਅਮਰਤਪਾਲ ਸਿੰਘ ਦਾ ਸੀ ਜਿੱਕਰ ਹੈੱਡਕੁਆਰਟਰ ਕਈਏ ਤਾਂ ਇਸ ਜਗ੍ਹਾ ਨੂੰ ਕਿਉਂਕਿ ਜਲੂਪੁਰ ਖੇੜਾ ਦੇ ਵਿੱਚ ਹੀ ਇਹ ਇਤਿਹਾਸਿਕ ਗੁਰਦੁਆਰਾ ਸਥਾਨ ਹੈ ਔਰ ਇੱਥੇ ਹੀ ਅਮਰਤਪਾਲ ਸਿੰਘ ਜਿੰਨੇ ਵੀ ਲੋਕ ਉਹਨਾਂ ਨੂੰ ਮਿਲਣ ਦੇ ਲਈ ਪਹੁੰਚਦੇ ਸੀ ਤਾਂ ਇੱਥੇ ਹੀ ਉਹਨਾਂ ਵੱਲੋਂ ਮੁਲਾਕਾਤ ਕੀਤੀ ਜਾਂਦੀ ਸੀ ਇੱਥੇ ਹੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਂਦੀ ਸੀ ਔਰ ਜਦੋਂ ਅਮਰਤਪਾਲ ਸਿੰਘ ਵੱਲੋਂ ਚੋਣ ਜਿੱਤੀ ਗਈ ਤਾਂ ਉਦੋਂ ਵੀ ਇੱਥੇ ਅਖੰਡ ਪਾਠ ਸਾਹਿਬ ਰੱਖੇ ਗਏ ਸੀ ਜਿਹੜੇ ਸਮਰਥਕ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਹਾਲਾਂਕਿ ਇਸ ਵੇਲੇ ਕਿਉਂਕਿ ਗੁਰਦੁਆਰਾ ਸਾਹਿਬ ਇੱਥੇ ਤਾਂ ਅੰਦਰ ਮੱਥਾ ਟੇਕਣ ਦੇ ਲਈ ਪਹੁੰਚੇ ਨੇ ਤਾਂ ਹੁਣੇ ਜਦੋਂ ਬਾਹਰ ਆਉਣਗੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਔਰ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਹੋਰ ਵੀ ਜਿਹੜੇ ਸਮਰਥਕ ਨੇ ਵਕ ਵਕ ਪਿੰਡਾਂ ਤੋਂ ਉਹ ਜੱਲੂਪੁਰ ਖੇੜਾ ਵਾਲੇ ਪਾਸੇ ਨੂੰ ਰੁੱਕ ਕਰ ਚੁੱਕੇ ਨੇ ਕਿਉਂਕਿ ਮੈਂ ਜਿਸ ਤਰ੍ਹਾਂ ਸਵੇਰ ਤੋਂ ਜਾਣਕਾਰੀ ਦਿੱਤੀ ਸੀ ਕਿ ਜਿੱਦਾਂ ਹੀ ਇਹ ਪਤਾ ਲੱਗੇਗਾ ਕਿ ਕਿੰਨੇ ਕ ਵਜੇ ਅਮਰਤਪਾਲ ਸਿੰਘ ਵੱਲੋਂ ਸੌ ਚੁੱਕੀ ਜਾਣੀ ਹੈ ਤਾਂ ਉਸ ਤੋਂ ਬਾਅਦ ਪਿੰਡ ਦੇ ਵਿੱਚ ਜਿਹੜੇ ਸਮਰਥਕ ਨੇ ਉਹ ਨਜ਼ਰ ਆ ਸਕਦੇ ਨੇ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਜੱਲੂਪੁਰ ਖੇੜਾ ਦਾ ਜਿੱਥੇ ਗੁਰਦੁਆਰਾ ਸਾਹਿਬ ਹੈ ਉੱਥੇ ਨਤਮਸਤਕ ਹੋਣ ਤੋਂ ਬਾਅਦ ਇੱਥੇ ਜਿਹੜੇ ਸਮਰਥਕ ਨੇ ਇਕੱਠੇ ਹੋਣਗੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਕਿ ਕਿਸ ਤਰੀਕੇ ਦਾ ਮਾਹੌਲ ਜਿਹੜਾ ਉਹ ਅੱਜ ਜੱਲੂਪੁਰ ਖੇੜਾ ਦੇ ਵਿੱਚ ਰਹਿਣ ਵਾਲਾ ਹੈ ਪਾਈ ਸਭ ਸਭ ਤੋਂ ਪਹਿਲਾਂ ਤਾਂ ਉਹ ਇੰਤਜ਼ਾਰ ਅੱਜ ਖਤਮ ਹੋਣ ਜਾ ਰਿਹਾ ਜਿਹਨੂੰ ਲੈ ਕੇ ਬਹੁਤ ਸਾਰੀਆਂ ਕਿਆਸਰਾਈਆਂ ਸੀ ਸਵਾਲ ਜਿਹੜੇ ਖੜੇ ਹੋ ਰਹੇ ਸੀ ਤਾਂ ਕੀ ਕਹਿਣਾ ਚਾਹੁੰਦੇ ਹੋ ਇੱਕ ਬਤੌਰ ਉਹਨਾਂ ਦੇ ਸਮਰਥਕ ਔਰ ਜੱਲੂਪੁਰ ਖੇੜਾ ਦੇ ਵਿੱਚ ਤੁਸੀਂ ਇਸ ਵੇਲੇ ਪਹੁੰਚੇ ਹੋ ਸਭ ਤੋਂ ਪਹਿਲਾਂ ਜੀ ਅਸੀਂ ਤੁਹਾਡੀ ਟੀਮ ਦਾ ਧੰਨਵਾਦ ਕਰਦੇ ਹਾਂ ਜਿਹੜੇ ਤੁਸੀਂ ਗਰਾਊਂਡ ਲੈਵਲ ਤੇ ਆ ਕੇ ਸਾਰਾ ਕੁਝ ਵੇਖਦੇ ਹੋ ਜਿਵੇਂ ਅੱਜ ਅਸੀਂ ਅਜੇ ਆ ਪਹੁੰਚੇ ਹਾਂ ਹੋਰ ਸਾਡੇ ਮਗਰ ਸਾਰੀ ਟੀਮ ਜਿਹੜੀ ਆ ਅਮਰਪਾਲ ਸਿੰਘ ਦੀ ਆ ਰਹੀ ਹੈ ਜੀ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਨੇ ਸਾਡੀ ਮਿਹਨਤ ਨੂੰ ਫਲ ਲਾਇਆ ਸਪੀਕਰ ਸਾਹਿਬ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਜੀ ਦਾ ਸਮਾਂ ਬਣਾਇਆ ਸੌਂ ਚੁੱਕਦਾ ਬੜੀ ਖੁਸ਼ੀ ਦੀ ਗੱਲ ਆ ਇਹ ਜਿੱਤ ਕੇਵਲ ਇੱਕ ਧਰਮ ਦੀ ਜਾਂ ਇੱਕ ਮਨੁੱਖ ਦੀ ਨਹੀਂ ਜੀ ਇਹ ਸਾਰੀ ਮਨੁੱਖਤਾ ਦੀ ਆ ਹਾਂ ਆਪੋ ਆਪਣੇ ਖਿਆਲਾਂ ਮੁਤਾਬਕ ਲੋਕ ਜੋ ਮਰਜੀ ਵਿਰੋਧੀ ਕਹੀ ਜਾਣ ਪਰ ਸਾਨੂੰ ਇਸ ਗੱਲ ਦਾ ਪਤਾ ਕਿ ਅਮਰਤਪਾਲ ਸਿੰਘ ਅੱਜ ਸੌਂ ਚੁੱਕਦਾ ਤੇ ਜਿਹਦੇ ਵਿੱਚ ਸਿੱਖ Hindu ਇਸਾਈ ਜਿਨ੍ਹਾਂ ਨੂੰ ਜਥੇਬੰਦੀਆਂ ਨੂੰ ਕਹਿੰਦੇ ਕਾਮਰੇਟ ਉਹਨਾਂ ਵੀ ਵੋਟਾਂ ਪਾਈਆਂ ਸੀ ਜੀ ਅੱਜ ਉਹਨਾਂ ਦੀ ਮਿਹਨਤ ਨੂੰ ਫਲ ਲੱਗ ਰਿਹਾ ਕਿਉਂਕਿ ਜਿਹੜਾ ਮਨੁੱਖਤਾ ਵਰਗ ਆ ਨਾ ਉਹ ਸਾਰੇ ਚਾਹੁੰਦੇ ਸੀ ਕਿ ਸਾਨੂੰ ਕੋਈ ਚੰਗਾ ਲੀਡਰ ਮਿਲੇ ਵਧੀਆ ਸੋਚ ਵਾਲਾ ਜਿਹੜਾ ਜਵਾਨੀ ਤੇ ਕਿਸਾਨੀ ਜਾਂ ਪੰਜਾਬ ਦੇ ਮੁੱਦਿਆਂ ਦਾ ਕੋਈ ਹੱਲ ਕਰ ਸਕੇ ਜਾਂ ਮੁੱਦੇ ਝੁੱਕ ਸਕੇ ਉਹਦੀ ਖੁਸ਼ੀ ਅੱਜ ਇਕੱਲੀ ਇੱਥੇ ਨਹੀਂ ਹੁਣ ਰਸਤੇ 'ਚ ਆਉਂਦੇ ਆਂ ਵੇਖਿਆ ਤੇ ਤਕਰੀਬਨ ਫੋਨ ਬੰਦ ਹੀ ਨਹੀਂ ਹੋਇਆ ਵਧਾਈਆਂ ਇੰਨੀਆਂ ਜਿਆਦੀਆਂ ਲੋਕ ਦੇ ਰਹੇ ਦਿਲੋਂ ਇੱਕ ਹੋਣੇ ਸਾਡੇ ਸਹਿਯੋਗੀ ਜਿਹੜੇ ਤਰਨ ਤਰਨ ਵਾਲੇ ਉਹ ਵੀ ਜਾਣਕਾਰੀ ਦੇ ਰਹੇ ਸੀ ਕਿ ਕਡੂਰ ਸਾਹਿਬ ਹਲਕੇ ਦੇ ਵਿੱਚ ਵੀ ਮਠਾਈਆਂ ਵੰਡਣ ਦੀ ਤਿਆਰੀ ਹੋ ਚੁੱਕੀ ਹੈ ਤੇ ਉਹਨਾਂ ਦੇ ਪਿੰਡ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਰਹੇਗਾ ਜਦੋਂ ਇਹ ਖਬਰ ਆਏਗੀ ਕਿ ਉਹਨਾਂ ਨੇ ਸੌ ਚੁੱਕ ਲਈ ਹੈ ਇੱਕ ਰਸਮੀ ਤੌਰ ਤੇ ਉਹ ਐਮਪੀ ਬਣ ਚੁੱਕੇ ਵੇਖੋ ਜੀ ਜਦੋਂ ਤੱਕ ਸੌ ਨਹੀਂ ਸੀ ਚੁੱਕੀ ਉਦੋਂ ਤੱਕ ਸਾਰੇ ਅਜੇ ਅਸੀਂ ਬੈਠੇ ਸੀਗੇ ਜਿਹੜੀ ਖੁਸ਼ੀ ਸਾਡੇ ਅੰਦਰ ਹੈ ਨਾ ਉਹਦਾ ਇਜਹਾਰ ਨਹੀਂ ਸੀ ਕਰ ਸਕੇ ਉਹ ਜੇ ਨਿਕਲੀ ਨਹੀਂ ਅੱਜ ਸੌ ਚੁੱਕਣ ਤੋਂ ਬਾਅਦ ਤੁਹਾਨੂੰ ਇਹ ਸਾਰਾ ਕੁਝ ਦਿਸੂਗਾ ਕਿ ਕਿੰਨੀ ਖੁਸ਼ੀ ਆ ਜਿਨ੍ਹਾਂ ਦੀਆਂ ਬੱਚਿਆਂ ਦੀਆਂ ਵੋਟਾਂ ਨਹੀਂ ਲੱਗੀਆਂ ਤੇ ਐਸੇ ਜਾਣਕਾਰਿਓ ਵੀ ਛੱਡ ਰਹੇ ਆ ਜਿਨ੍ਹਾਂ ਦੀ ਵੋਟ ਮੰਨ ਲਓ ਆਪਾਂ ਕਹਿੰਦੇ ਵੀ ਬਾਹਰ ਬੈਠੇ ਲੋਕ ਜਿਨ੍ਹਾਂ ਦੀਆਂ ਵੋਟਾਂ ਨਹੀਂ ਸੀ ਤੇ ਪੈ ਸਕਦੀਆਂ ਪਰ ਉਹਨਾਂ ਦੀਆਂ ਦਵਾਵਾਂ ਅੱਜ ਸੌ ਚੁੱਕਣ ਤੋਂ ਬਾਅਦ ਜਿਹੜਾ ਪ੍ਰੋਗਰਾਮ ਚੱਲਣਾ ਹੈ ਜੀ ਉਹ ਸਾਰੀ ਦੁਨੀਆ ਵੇਖੂਗੀ ਵੀ ਕਿੰਨੀ ਅਸੀਂ ਕਹਿ ਸਕਦੇ ਕਿ ਪੂਰੀ ਦੁਨੀਆ ਦੀ ਨਜ਼ਰ ਅੱਜ ਸਿਰਫ ਤੇ ਸਿਰਫ ਅਮਰਤਪਾਲ ਦੀ ਇਸ ਖਬਰ ਦੇ ਉੱਤੇ ਟਿਕੀ ਹੋਈ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਅੱਜ ਦੀ ਜਿਹੜੀ ਲੋਕ ਉੱਥੇ ਰਾਤ ਆ ਬਾਰਲੇ ਦੇਸ਼ਾਂ ਚ ਪਰ ਲੋਕ ਸੁੱਤੇ ਨਹੀਂ ਹਰੇਕ ਆਪਣੇ ਟੀਵੀ ਅੱਗੇ ਆਪਣੇ ਫੋਨਾਂ ਦੇ ਉੱਪਰ ਹਰ ਜਗ੍ਹਾ ਤੇ ਬੈਠੇ ਲੋਕ ਆ ਮਿੰਟ ਮਿੰਟ ਤੋਂ ਇੱਕ ਫੋਨ ਜੇ ਅਜੇ ਕੱਟਿਆ ਨਹੀਂ ਜਾਂਦਾ ਦੂਜਾ ਫੇਰ ਆ ਜਾਂਦਾ ਬਾਹਰੋਂ ਵੀ ਕਿ ਅਸੀਂ ਉਡੀਕਦੇ ਪਏ ਆ ਸਾਰੀ ਦੁਨੀਆ ਦੀ ਨਿਗਾ ਉੱਥੇ ਲੱਗੀ ਹੋਈ ਆ ਭਾਈ ਸਾਹਿਬ ਹੋਰ ਕਿਉਂਕਿ 4 ਜੂਨ ਨੂੰ ਨਤੀਜੇ ਆਉਂਦੇ ਨੇ ਉਸ ਤੋਂ ਬਾਅਦ ਅੱਗੇ 6 ਜੂਨ ਸੀ ਇੱਕ ਜਿਹੜੇ ਅਸੀਂ ਕਹਿ ਸਕਦੇ ਕਿ ਵਿਰਾਗ ਦੇ ਦਿਨ ਹੁੰਦੇ ਨੇ ਉਸ ਵੇਲੇ ਵੀ ਜਿੱਤ ਦੀ ਹਲੇ ਤੱਕ ਕੋਈ ਖੁਸ਼ੀ ਨਹੀਂ ਮਨਾਈ ਗਈ ਪਰ ਅੱਜ ਅਸੀਂ ਕਹਿ ਸਕਦੇ ਕਿ ਪਹਿਲਾਂ ਚੋਣ ਜਿੱਤੀ ਉਸ ਤੋਂ ਬਾਅਦ ਇੱਕ ਦੂਸਰੀ ਜਿੱਤ ਹੋਣ ਜਾ ਰਹੀ ਹੈ ਕਿ ਐਮਪੀ ਦੇ ਤੌਰ ਤੇ ਜੋ ਹੈ ਸੌ ਚੁੱਕਣ ਜਾ ਰਹੇ ਆ ਬ੍ਰਤਾਂ ਬਹੁਤ ਵੱਡੀ ਖੁਸ਼ੀ ਹੁਣ ਇਜਹਾਰ ਕਰਨਗੇ ਜੀ ਲੋਕ ਹਾਂ ਉਹਨਾਂ ਦਿਨਾਂ ਵਿੱਚ ਸ਼ੀਧੀ ਦਿਵਸ ਚੱਲਦੇ ਸੀਗੇ ਘੱਲੂ ਘਾਰੇ ਕਰਕੇ ਸਾਰੇ ਸ਼ਾਂਤ ਸੀ ਪਰ ਉਸ ਤੋਂ ਬਾਅਦ ਕੁਝ ਕੁ ਜਿਵੇਂ ਸ੍ਰੀ ਬਾਬਕਾਲਾ ਸਾਹਿਬ ਕੁਝ ਜਗ੍ਹਾ ਦੇ ਉੱਪਰ ਨਾ ਖੁਸ਼ੀ ਜਿਹੜੀ ਪ੍ਰਗਟ ਕੀਤੀ